ਮੌਸਮ ਨੇ ਫਿਰ ਤੋਂ ਕਰਵਟ ਲੈ ਲਈ ਹੈ ਤੇ ਅੱਤ ਦੀ ਗਰਮੀ ਤੋਂ ਬਾਅਦ ਫਿਰ ਮੀਂਹ ਦੀ ਝੜੀ ਲੱਗ ਗਈ ਹੈ ਤੇ ਜਿਸ ਦਾ ਆਨੰਦ ਵੀ ਲੋਕ ਮਾਣ ਰਹੇ ਨੇ। ਗਰਮੀ ਤੋਂ ਨਿਜਾਤ ਮਿਲੀ ਹੈ, ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਜੀ ਹਾਂ, ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ, ਬੱਦਲ ਵਾਹੀ ਹੈ ਕਈ ਇਲਾਕਿਆਂ ਦੇ ਵਿੱਚ, ਕਿਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਇਹ ਮੀਂਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। ਦੇਖੋ ਦਿਨ ਵੇਲੇ ਕਿਸ ਤਰ੍ਹਾਂ ਕਾਲੀਆਂ ਘਟਾਵਾਂ ਦੇ ਨਾਲ ਹਨੇਰਾ ਛਾਇਆ ਹੋਇਆ ਹੈ ਤੇ ਮੀਂਹ ਦੀ ਲਗਾਤਾਰ ਝੜੀ ਲੱਗੀ ਹੋਈ ਹੈ, ਜੋ ਲੋਕ ਗਰਮੀ ਦੇ ਵਿੱਚ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਸਨ ਤਾਂ ਹੁਣ ਇਸ ਮੌਸਮ 'ਚ ਬਾਹਰ ਨਿਕਲ ਕੇ ਆਨੰਦ ਮਾਣ ਰਹੇ ਨੇ। ਗਰਮੀ ਤੋਂ ਉਹਨਾਂ ਨੂੰ ਰਾਹਤ ਮਿਲੀ ਹੈ। ਦੱਸ ਦੀ ਜਿੱਥੇ ਕੁਝ ਦਿਨਾਂ ਤੋਂ ਮੌਸਮ ਇਸੇ ਤਰ੍ਹਾਂ ਹੀ ਬਦਲ ਰਿਹਾ ਹੈ, ਕਦੀ ਬੱਦਲਵਾਈ ਹੁੰਦੀ ਹੈ, ਕਦੀ ਬਰਸਾਤ ਹੁੰਦੀ ਹੈ, ਕਦੀ ਧੁੱਪ ਨਿਕਲ ਆਉਂਦੀ ਹੈ, ਤਾਂ ਹੁਣ ਇੱਕ ਵਾਰ ਫਿਰ ਤੋਂ ਇਹ ਮੌਸਮ ਬਦਲਿਆ ਹੈ, ਮੀਂਹ ਦੀ ਝੜੀ ਲੱਗੀ ਹੋਈ ਹੈ। ਤਸਵੀਰਾਂ ਦੇਖੋ ਜੋ ਕਿ ਸਮਾਣਾ ਸ਼ਹਿਰ ਦੀਆਂ ਨੇ, ਜਿੱਥੇ ਹਲਕੀ ਹਲਕੀ ਬਰਸਾਤ ਤੋਂ ਬਾਅਦ ਕਾਲੀਆਂ ਘਟਾਵਾਂ ਨਾਲ ਹਨੇਰਾ ਹੋ ਗਿਆ ਹੈ ਤੇ ਮੀਂਹ ਦੀ ਲਗਾਤਾਰ ਝੜੀ ਲੱਗੀ ਹੋਈ ਹੈ। ਲੋਕ ਵੀ ਬਾਹਰ ਨਿਕਲ ਰਹੇ ਨੇ, ਗਰਮੀ ਤੋਂ ਰਾਹਤ ਮਿਲੀ ਹੈ, ਕਿਉਂਕਿ ਜ਼ਿਆਦਾਤਰ ਲੋਕ ਗਰਮੀ ਦੇ ਕਾਰਨ ਘਰ ਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਸੋ ਇਸ ਲਈ ਸਵੇਰ ਸਮੇਂ ਤੋਂ ਦੱਸਦੀ ਕਿ ਬੱਦਲਵਾਹੀ ਜ਼ਰੂਰ ਸੀ ਹਰ ਪਾਸੇ, ਪਰ ਮੀਂਹ ਜਿਹੜਾ ਆ ਉਹ ਵੀ ਸ਼ੁਰੂ ਹੋ ਚੁੱਕਿਆ। ਕਈ ਇਲਾਕਿਆਂ ਦੇ ਵਿੱਚ ਕਿਣਮਿਣ ਹੋ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਇੱਥੇ ਤੇਜ਼ ਬਰਸਾਤ ਹੋ ਰਹੀ ਹੈ, ਮੀਂਹ ਦੀ ਝੜੀ ਲੱਗੀ ਹੋਈ ਹੈ। ਮੌਸਮ ਵਿਭਾਗ ਦੇ ਮੰਨੀਏ ਤਾਂ ਮੌਨਸੂਨ ਵੀ ਆਉਣ ਹੀ ਵਾਲਾ ਹੈ, ਪਰ ਉਸ ਤੋਂ ਪਹਿਲਾਂ ਇਹ ਪ੍ਰੀ ਮੌਨਸੂਨ ਦੀ ਕਹਿ ਸਕਦੇ ਹਾਂ ਕਿ ਹਲਚਲ ਹੈ, ਜਿਸ ਕਰਕੇ ਕਈ ਥਾਵਾਂ ਤੇ ਬਰਸਾਤ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਗਰਮੀ ਤੋਂ ਰਾਹਤ ਮਿਲੀ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਨੇ, ਮੌਸਮ ਸੁਹਾਵਣਾ ਹੋਇਆ ਤੇ ਲੋਕ ਵੀ ਇਸ ਮੌਸਮ ਦਾ ਖੂਬ ਆਨੰਦ ਮਾਣ ਰਹੇ ਨੇ।